ਅਸਲਾਮ ਅਲੈਕੁਮ ਜੀ ਕੀ ਹਾਲ ਚਾਲ ਉਮੀਦ ਕਰਨਾ ਤੁਸੀਂ ਕੈਰੀਅਰ ਨਾਲ ਵਧੀਆ ਜਿੱਥੇ ਵੀ ਵਧੀਆ ਖੁਸ਼ ਹੋ ਵਧੀਆ ਮੈਂ ਜੀ ਜਮਲੇੜਾ ਤੁਹਾਡਾ ਆਪਣੇ ਚੈਲੰਜ ਕਰਨਾ ਵੈਲਕਮ ਇਹ ਸਰਕਾਰ ਸ਼ੁਰੂ ਕਰਨੇ ਆ ਵਲੌਗ ਦਾ ਸੈਕੰਡ ਪਾਰਟ ਇਹ ਅਸੀਂ ਸਟਿਲ ਡੋਵਰ ਤੇ ਆ ਤੇ ਫੈਰੀ ਜਿਹੜੀ ਆ ਉਹ ਆ ਚੁੱਕੀ ਹੈ ਤੁਸੀਂ ਪਿੱਛੇ ਵੇਖ ਸਕਦੇ ਹੋ ਤੇ ਅਸੀਂ ਫੈਰੀ ਦਾ ਵੇਟ ਕਰ ਰਹੇ ਹਾਂ ਉਹਨਾਂ ਵਿੱਚ ਗੱਡੀਆਂ ਸਾਰੀਆਂ ਕੱਢਣੀਆਂ ਤੇ ਫਿਰ ਸਾਡੀ ਜਿਹੜੀ ਵਾਰੀ ਆਵੇਗੀ ਤੇ ਇਨਸ਼ਾਅੱਲਾ ਜਿਹੜਾ ਉਹ ਤਕਰੀਬਨ ਡੇਢ ਘੰਟੇ ਜੀ ਪਾਸ ਪਹੁੰਚ ਜਾਂਦੇ ਬਾਕੀ ਅਪਡੇਟ ਨਾਲ ਨਾਲ ਦਿੰਦੇ ਹਾਂ ਅਤੇ ਆਓ ਅਸੀਂ ਲਾਉਣ ਲਈ ਰਸਟਿਕ ਜਿਹੜਾ ਤੁਹਾਨੂੰ ਪਹਿਲੇ ਵਲੌਗ ਦੱਸਿਆ ਯੂਕੇ ਦਾ ਵਿਆਹ ਉਸ ਲਾਉਣਾ ਇਹ ਕਿੱਥੇ ਲਾਉਣਾ ਜੀ ਟਰੱਕ ਜਿਹੜੇ ਨੇ ਆ ਰਹੇ ਨੇ ਫਰਾਂਸ ਵੱਲ ਨੂੰ ਉਹ ਆਏ ਨੇ ਜੀ ਲਓ ਜੀ ਇਹ ਯੂਕੇ ਦਾ ਸਟਿੱਕਰ ਲੱਗ ਗਿਆ ਅਤੇ ਉਹ ਸਾਹਮਣੇ ਟਰੱਕ ਜਿਹੜੇ ਨੇ ਉਹ ਆ ਰਹੇ ਨੇ ਸਾਰੀ ਜਿਹੜੀ ਜਨਤਾ ਬਾਹਰ ਕੱਢਣ ਦੇ ਅਤੇ ਫਿਰ ਸਾਡੀ ਵਾਰੀ ਆਵੇ ਚਲੋ ਇਸ ਵਾਲਾ ਮਿਲਣਾ ਤੁਹਾਨੂੰ ਜਿਸਾ ਅਸੀਂ ਫੈਰੀ ਵਿੱਚ ਪੈ ਗਏ ਲਓ ਜੀ 10:15 ਹੋ ਗਏ ਨੇ ਅਤੇ ਹੁਣ ਇਹਨਾਂ ਗੱਡੀਆਂ ਵਾੜਨੀਆਂ ਸਟਾਰਟ ਕਰ ਛੱਡੀਆਂ ਨੇ ਸ਼ਿਪ ਵਿੱਚ ਅਤੇ ਅਸੀਂ ਜਾ ਰਹੇ ਹਾਂ ਅੰਦਰ ਜਿਸ ਟਾਈਮ ਸਾਡੀ ਵਾਰੀ ਆਈ ਇੱਕ ਲਾਈਨ ਤਾਂ ਖਾਲੀ ਹੋ ਗਈ ਹੈ ਅਸੀਂ ਲਾਸਟ ਟਾਈਮ 2 ਵਾਰੀ ਆਏ ਹਾਂ ਜਦੋਂ ਸਪੇਨ ਗਏ ਹਾਂ ਅਤੇ ਇਹ ਸਾਡੀ 3ਜੀ ਵਾਰ ਹੈ ਹੁਣ ਇਟਲੀ ਵਾਸਤੇ ਹੈ ਜੀ ਸ਼ਿਪ ਹੈ ਫੈਰੀ ਇਹ ਸ਼ਿਪ ਦਾ ਪੇਟ ਹੈ ਮਲਬਾ ਲੈ ਕੇ ਜਾਂਦੇ ਨੇ ਅਸੀਂ ਤਕਰੀਬਨ ਪਹਿਲੀ ਆ ਗਏ ਇਹ ਪੂਰਾ ਪਰੇਣਾ ਹੈ ਪਿੱਛੋਂ ਤੇ ਇਹ ਬਿੱਲੇ ਸਾਹਿਬ ਇੰਜੋਏ ਕਰਤੇ ਹੋਏ ਤੋੜਨਾ ਬਾਹਰ ਗੱਡੀ ਕੋ ਲਾਗ ਲੈ ਜੀ ਲੋ ਜੀ ਅਸੀਂ ਗੱਡੀ ਪਾਰਕ ਕਰ ਛੜੀ ਹੈ ਸ਼ਿਪ ਵਿੱਚ ਤੇ ਅਸੀਂ ਜਾ ਰਹੇ ਹਾਂ ਉੱਪਰ ਉੱਤੇ ਜਿਹੜਾ ਉਹ ਬਣੇ ਨੇ ਰੈਸਟਰੂਮ ਬਣੇ ਨੇ ਬਾਰ ਬਣੀ ਹੈ ਉਧਰੋਂ ਤੁਹਾਡਾ ਖਾਣ ਪੀਣ ਵਾਲਾ ਸਾਰਾ ਹਿਸਾਬ ਕਿਤਾਬ ਜਿਹੜਾ ਉੱਥੇ ਬਣੇ ਤੁਹਾਨੂੰ ਉਹ ਜਾ ਕੇ ਉੱਤੇ ਵਾਹੁੰਦੇ ਹਾਂ ਇਹਨਾਂ ਦੋ ਆਈਟਮਾਂ ਚਲਾਉਣਾ ਇਹ ਸਾਰਾ ਸ਼ਿਪ ਹੈ ਜਨਾਬ ਵੇਲੇ ਯੈਸ ਵੇਖਿਓ ਥੱਲੇ ਕਿੱਥੇ ਲੈਣਾ ਹੈ ਇੱਥੋਂ ਹੀ ਲੈਣਾ ਹੈ ਇਹ ਉੱਤੇ ਵੱਲੇ ਹੀ ਕਹਿ ਪੀ ਨਾਈ ਇਹ ਵੇਖੋ ਜੀ ਤੂੰ ਕੀ ਕਰਨਾ ਹੈ ਇਹ ਜਨਾਬ ਸਾਰਾ ਸ਼ਿਪ ਹੈ ਇੱਥੇ ਅਸੀਂ ਕਰਨੀ ਸਾਰਿਆਂ ਰੈਸਟ ਜਿਹਨਾਂ ਥੱਲੇ ਗੱਡੀਆਂ ਖਲਵਾਈਆਂ ਅਤੇ ਇੱਥੇ ਡੇਢ ਘੰਟਾ ਤੁਸੀਂ ਨਾ ਰਹਿ ਲੈਣਾ ਇੱਥੇ ਹੀ ਚੱਲਣੇ ਹੈਗੇ ਆ ਇਹ ਕਿਡਸ ਰੂਮ ਬਣੇ ਆ ਬੱਚਿਆਂ ਵਾਸਤੇ ਕਿ ਉਹ ਸੇਮ ਹੀ ਹੈ ਸੇਮ ਹੀ ਮੰਮਾ ਲਾਸਟ ਟਾਈਮ ਆ ਰਹੀ ਹੈ ਲੈਟਸ ਗੋ ਦੈਟ ਵੇ ਇਹ ਨੰਬਰ ਸ਼ਿੰਬਰ ਯਾਦ ਰੱਖੀ ਕਿੱਥੋਂ ਲੈਣਾ ਅਸੀਂ ਉੱਥੇ ਲੈ ਜਾਣਾ ਲਿਫਟ ਕੋਲ ਥੱਲੇ ਦੇ ਕੇ ਡਾਊਚ ਯੋ ਚੈੱਕ ਕਰੋ ਬੈਰੀ ਯਾਦ ਹੈ ਹਾਂ ਸਾਡੇ ਕੀ ਯਾਦ ਨੇ ਸਾਡੇ ਬਾਬੇ ਪੁਰਾਣੇ ਬੈਰੀ ਜਾਜ਼ ਬੈਰੀ ਜਾਜ਼ ਉਰਦੂ ਮੈਂ ਕਹਤੇ ਹੈ ਬੈਰੀ ਜਾਜ਼ ਤੇ ਹੁਣ ਇਨਸ਼ਾਅੱਲਾ ਟੁਰੇ ਜਾਂਦੇ ਫਿਰ ਤੁਹਾਨੂੰ ਹੁਣ ਉੱਤੇ ਜਾ ਕੇ ਤੁਹਾਨੂੰ ਜਿਹੜਾ ਬਾਹਰ ਦਾ ਨਜ਼ਾਰਾ ਕਰਾਉਂਦੇ ਹਾਂ ਪਹਿਲੇ ਤੁਹਾਨੂੰ ਅੰਦਰ ਵਾਲੀ ਖੈ ਵਾਹ ਲਈਏ ਪਹਿਲੇ ਸਰਕਾਰ ਉੱਤੇ ਫਰੀ ਮੀਲ ਵਾਲਾ ਸਿਸਟਮ ਬਣੇ ਆ ਉਹਨੇ ਸਾਰਾ ਰੀਫਰਬ ਕੀਤਾ ਅਤੇ ਛਾਪਾਂ ਬਣ ਗਈਆਂ ਨੇ ਅਤੇ ਯਾਨੀ ਆਪ ਲੈ ਕੇ ਤਿਆਰ ਚ ਖਾਓ ਅਤੇ ਚਲੋ ਚੱਲਦੇ ਹਾਂ ਤੁਹਾਨੂੰ ਬਾਹਰ ਦਾ ਨਜ਼ਾਰਾ ਖਾਂਦੇ ਹਾਂ ਇਹ ਗੇਮਿੰਗ ਰੂਮ ਆ ਤੇ ਗੇਮਾਂ ਸ਼ੇਮਾਂ ਖੇਡ ਸਕਦੇ ਤੁਸੀਂ ਆਓ ਤੁਹਾਨੂੰ ਬਾਹਰ ਦਾ ਨਜ਼ਾਰਾ ਕਰਾਈਏ ਇੱਧਰ ਆਓ ਇਹ ਜਨਾਬ ਇਹਦੀ ਬਾਹਰ ਵਾਲੀ ਸਾਈਡ ਇਹ ਨਾ ਰੱਖੀਏ ਛੋਟੀ ਜਿਹੀ ਕਾਸ਼ਤੀ ਜਿਹੜੀ ਐਮਰਜੈਂਸੀ ਵੀ ਯੂਜ਼ ਹੁੰਦੀ ਹੈ ਓਏ ਹੋਏ 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 ਇਹ ਕੀ ਸ਼ਹਿਰ ਫੋਨ ਫੋਨ ਇਹਦਾ ਡੈ ਪਵੇ ਥੱਲੇ
ਜਨਾਬ ਇਹਦੀ ਬੈਕ ਸਾਈਡ ਇਹ ਸਾਈਡ ਤੁਸੀਂ ਐਂਟਰ ਹੋਏ ਆ ਗੱਡੀਆਂ ਜੀ ਸਟਿਲ ਜਿਹੜੀਆਂ ਨੇ ਉਹ ਐਂਟਰ ਹੋ ਰਹੀਆਂ ਨੇ ਇਹਦੇ ਵਿੱਚ ਬਹੁਤ ਹੀ ਲੰਮੀ ਲਾਈਨ ਹੈ ਜੀ ਪਿੱਛੇ ਢੇਰ ਸਾਰੀ ਸਭ ਤੋਂ ਪਹਿਲੇ ਟਰੱਕ ਵਾੜ ਲੈਣ ਅਤੇ ਉਸ ਤੋਂ ਬਾਅਦ ਜਿਹੜਾ ਕਾਰਾਂ ਅਤੇ ਵੈਨਾਂ ਸ਼ੈਨਾਂ ਮਜ਼ਾ ਕੀ ਹੁਣ ਤੁਹਾਨੂੰ ਇੱਥੇ ਡਾਂਸ ਕਰਕੇ ਕੋਈ ਬੰਦਾ ਵਹਾਏ ਚਾਸ ਨਹੀਂ ਆ ਰਹੀ ਭਾਈ ਜਿਹੜਾ ਦਿਹਾੜਦਾ ਮਜ਼ਾ ਜਿਹੜਾ ਨਾ ਉਹ ਦਿਹਾੜਦਾ ਹੀ ਹੈ ਕਿ ਰਾਤੀ ਤੁਹਾਨੂੰ ਅੱਖਾਂ ਵੀ ਉਹਨੇ ਆਖਿਆ ਨਹੀਂ ਹੋ ਜਾਣੀ ਇਹਨਾਂ ਦੇ ਕੋਈ ਜਾਣੀ ਆ ਤੁਸੀਂ ਉਹ ਨਹੀਂ ਆਉਂਦੇ ਹੋ ਐਨਕਾਂ ਲਾ ਉੜੇ ਤੁਹਾਨੂੰ ਨਜ਼ਰ ਕੱਖ ਨਹੀਂ ਆਉਂਦਾ ਭਾਵੇਂ ਦਿਹਾੜ ਹੋਵੇ ਮੇਰਾ ਉੱਪਰ ਨਹੀਂ ਜਾ ਸਮੇਂ ਉੱਤੇ ਖਤਨ ਖਤਮ ਕਰ ਛੜੇ ਆ ਸ਼ੀਸ਼ਾ ਲੱਗਿਆ ਹੁਣ ਕੋਈ ਉੱਤੇ ਵਾਲਾ ਖਾਤਾ ਰਿਹਾ ਇਹ ਸਾਰਾ ਰੀਫਰਬਿਸ਼ ਕੀਤੀ ਇਹਨਾਂ ਨੂੰ ਪਹਿਲੇ ਪਤਾ ਖੁੱਲੀ ਹੈ ਨਾ ਅਰਸ਼ਾ ਬਟ ਚਲੋ ਹੁਣ ਹਨੇਰਾ ਹੀ ਹੈ ਤੇ ਹਨੇਰਾ ਹੀ ਤੁਹਾਨੂੰ ਕਿਹ ਕੇ ਵਹਾਈ ਹੈ ਇਹ ਹੁਣ ਤਕਰੀਬਨ ਡੇਢ ਘੰਟਾ ਲੱਗੇਗਾ ਸਾਨੂੰ ਕੈਲੇ ਜਾਂਦਿਆਂ ਫਰਾਂਸ ਵੱਲ ਅਤੇ ਉੱਥੇ ਲੈ ਕੇ ਅਤੇ ਫਿਰ ਕੋਈ ਨੈਵੀਗੇਸ਼ਨ ਪਾਵਾਂਗੇ ਫਿਰ ਦੱਸਾਂਗੇ ਤੁਹਾਨੂੰ ਕਿਤਨਾ ਟਾਈਮ ਅੱਗੇ ਸਾਨੂੰ ਇਟਲੀ ਜਾਂਦਿਆਂ ਲੱਗਦਾ ਅਤੇ ਇਟਲੀ ਦੇ ਸ਼ਹਿਰ ਅਸੀਂ ਜਾਣਾ ਗਲਾਰਾ 'ਤੇ ਪਤਾ ਨਹੀਂ ਮੈਂ ਗਲਤ ਨਾ ਬੋਲਦਾ ਵਾ ਫਿਰ ਲੇਕਿਨ ਗਲਾਰਾ 'ਤੇ ਪੜੀਂਦਾ ਜਿਹੜੇ ਸਪੈਲਿੰਗ ਹੁੰਦੇ ਹਨ ਅਤੇ ਤਕਰੀਬਨ ਇੱਥੋਂ 12 ਘੰਟੇ ਲੱਗਦੇ ਨੇ ਇਸ ਟਾਈਮ ਅਸੀਂ ਡੋਵਰ ਕ੍ਰਾਸ ਕਰਨਾ ਕੈਲੇ ਕੈਲੇ ਤੋਂ ਕੋਈ 12 ਘੰਟੇ ਟੋਟਲ ਲੱਗਣੇ ਸਾਨੂੰ ਲੁੱਕ ਐਟ ਦਿਸ ਯੋ ਹੈ ਨਿੱਕਿਆ ਸਮੁੰਦਰ ਅਤੇ ਮੇਰਾ ਫੋਨ ਕਿਹੜੇ ਟੈਪ ਪਿਆ ਨਾ ਵਿੱਚ ਤਾਂ ਅਤੇ ਮੈਂ ਨੰਗੀ ਜਾ ਸਾਂ ਅਤੇ ਚਲੋ ਅਸੀਂ ਹੁਣ ਮਿਲਣੇ ਹਾਂ ਤੁਹਾਨੂੰ ਥੋੜ੍ਹੀ ਦੇਰ ਤੱਕ ਜਿਹਨਾਂ ਭੈਣਾਂ ਭਰਾਵਾਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਚੈਨਲ ਸਬਸਕ੍ਰਾਈਬ ਕਰਕੇ ਅਤੇ ਬੈਲ ਆਈਕਨ ਦਬਾ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਜਿਹੜੀ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਦੋਸਤੋ ਅਸੀਂ ਬਾਹਰ ਆ ਗਏ ਸ਼ਿਪ ਤੁਰ ਪਿਆ ਅਤੇ ਤਕਰੀਬਨ 11:10 ਹੋ ਗਏ ਨੇ ਇਹ ਡੋਵਰ ਸਾਡੀ ਬੈਕ ਸਾਈਡ 'ਤੇ ਇਹਨੂੰ ਅਲਵਿਦਾ ਕਰ ਰਹੇ ਹਾਂ ਯੂਕੇ ਨੂੰ ਅਲਵਿਦਾ ਕਰ ਰਹੇ ਹਾਂ ਹਾਂਜੀ ਸੋਰੀ ਯੂਕੇ ਨੂੰ ਅਤੇ ਥੱਲੇ ਪਾਣੀ ਵਾਹਨੇ ਥੱਲੇ ਲੰਘ ਰਿਹਾ ਹੈਗਾ ਤੇ ਅਸੀਂ ਹੁਣ ਜਿਹੜਾ ਤੁਰ ਪਏ ਹਾਂ ਅਤੇ ਤਕਰੀਬਨ ਅਸੀਂ 1.5 ਘੰਟੇ ਵੀ ਜਿਹੜਾ ਉਹ ਕੈਲਨ ਜਾ ਕੇ ਟੱਚ ਕਰਾਂਗੇ ਫਰਾਂਸ ਦੇ ਬਾਰਡਰ ਨੂੰ ਅਤੇ ਇਹ ਸ਼ਿਪ ਜਿਹੜਾ ਹੈ ਵੀ ਕਾਫੀ ਵੱਡਾ ਅਤੇ ਸਾਨੂੰ ਚੰਗਾ ਜਿਹੜਾ ਨਾ ਉਹ ਫੀਲ ਹੋ ਰਿਹਾ ਲੈਫਟ ਐਂਡ ਰਾਈਟ ਜਿਹੜਾ ਸ਼ਿਪ ਹਿੱਲਦਾ ਪਿਆ ਫੋਟੋ ਸ਼ੂਟ ਕਰ ਰਹੇ ਨਵੀਲ ਸਾਹਿਬ ਵਾਹ ਜੀ ਵਾਹ ਫੋਟੋ ਸ਼ੂਟ ਚੈੱਕ ਕਰੋ ਬਸ ਅਤੇ ਇਹ ਅੰਦਰ ਜਿਹੜਾ VIP ਲੌਂਜ ਵਾਮ ਅੰਦਰ ਸੁੱਤੀ ਹੈ ਜਿਹੜੇ ਟਰਾਲੇ ਲੈ ਕੇ ਆਏ ਨੇ ਉਹ ਸੁੱਤੇ ਨੇ ਆਪਣਾ ਰੈਸਟ ਕਰ ਰਹੇ ਨੇ ਜਨਾਬ ਰਾਤ ਦਾ ਜਿਹੜਾ ਨਾ ਉਹ ਆਪਣਾ ਹੀ ਸਵਾਦ ਆਉਂਦਾ ਇੱਕ ਖਮੋਸ਼ ਕਾਲੀ ਰਾਤ ਉਹ ਵੀ ਸਮੁੰਦਰ ਦੇ ਵਿਚਕਾਰ ਚਲੋ ਯਾਰ ਅੰਦਰ ਚਲੀ ਹੁਣ ਚਲੋ ਆ ਜਾਓ ਚਲੋ ਸਰਕਾਰ ਚੱਲਨੇ ਆ ਹੁਣ ਅੰਦਰ ਤੇ ਅੰਦਰ ਜਾ ਕੇ ਤੁਹਾਨੂੰ ਟੂਰ ਦਿੰਦੇ ਇਹਦਾ ਨਾਲੇ ਆਪ ਕਰਨੇ ਇਹ ਜਨਾਬ VIP ਲੌਂਜ ਇਹ ਜਨਾਬ ਕੁਆਇਟ ਲੌਂਜ ਪਤਾ ਨਹੀਂ ਪੈਸੇ ਲੈਂਦੇ ਸਾਲੇ ਇਹ ਜਨਾਬ ਡਿਊਟੀ ਫਰੀ ਇੱਥੋਂ ਕੋਈ ਪਰਫਿਊਮ ਵਗੈਰਾ ਚੈੱਕ ਕਰਨੇ ਅਤੇ ਨਾਲੇ ਅਸੀਂ ਕੁਝ ਚਾਕਲੇਟਾਂ ਵਗੈਰਾ ਲੈਂਦੇ ਹਾਂ ਮੈਂ ਕੁਝ ਮੈਂ ਵੀ ਕੁਝ
Oi, celebrations. Two of them. Yeah, these are too expensive, man. 999. So what? You know how much it was? 4 pounds. 4 pounds. But you have to buy it for match. What can you do? Sorry. Hello. Or which lady? ਸਾਡੇ ਕੋਲ ਸਾਰਾ ਸਹੀ ਟੁਰਨ ਨਹੀਂ ਪਿਆਉਂਦਾ ਹੀ ਲੱਗਦਾ ਭੈਣ ਜੀ ਪੀਤੀ ਹੈ ਕਦੇ ਲੈਫਟ ਅਤੇ ਕਦੇ ਰਾਈਟ ਹੈ ਨਾ ਇੱਕ ਉੱਪਰ ਪਿਊਮ ਸ਼ੋਮ ਚੈੱਕ ਕਰਦੇ ਹਾਂ ਰਹੀ ਲੈ ਮਿਲੀਅਨ ਰਹੀ ਲੈ ਮਿਲੀਅਨ ਬੰਦ ਕਰਕੇ ਅੰਦਰ ਬਾਬਾ ਜੀ ਪਾਣੀ ਕਿੱਥੋਂ ਆ ਰਿਹਾ ਨਾ ਇਹ ਤਾਂ ਬਾਰਿਸ਼ ਲੱਗੀ ਪਾਣੀ ਆ ਕਿੱਥੋਂ ਰਿਹਾ ਬਾਬਾ ਥੱਲੇ ਪਾਣੀ ਹੀ ਪਾਣੀ ਹੈ ਇਸ ਪਾਸੇ ਕਿਆ ਨਜ਼ਰ ਰਚਨਾ ਵਾ ਤੁਸਾਂ ਕੀ ਕੁਆਲਿਟੀ ਨਾ ਅਸਲ ਇਹ ਇਹਦੀ ਜਿਹੜੀ ਬੈਕ ਸਾਈਡ ਹੈ ਨਾ ਇਹ ਤੁਸੀਂ ਐਂਟਰ ਹੋਏ ਹੋ ਦੈਟ ਟੂਡੇ ਨਾਈਟ ਟਾਈਮ ਇਨ ਤੋਂ शिकार पानी के खलोते है कोई पता नहीं लगता मूव हो रहा है कि जा रहा है एंड नतीजा ही कड़ा कि खलोते है पता नहीं क्यों खलोते रील साहब क्यों दाख सकते अलाउंड हो लिया एक शिप जो मूव होना तो अभी पहुंचना उसे ਉਹਦੇ ਪਾਸੇ ਵੇਟ ਕਰ ਰਹੇ ਹਾਂ ਵੇ ਉਹ ਸਾਹਮਣੇ ਕਹਿ ਲਿਆ ਸਰਕਾਰ ਅਤੇ ਸ਼ਿਪ ਨੇ ਹੁਣ ਇੱਥੋਂ ਮੂਵ ਹੋਣਾ ਆ ਅਤੇ ਫਿਰ ਅਸੀਂ ਜਿਹੜਾ ਉੱਥੇ ਪਹੁੰਚਣਾ ਜਾ ਕੇ ਚਲੋ ਵੇਟ ਕਰਦੇ ਹਾਂ ਅੱਧਾ ਘੰਟਾ ਸਰਕਾਰ ਅਸੀਂ ਪਹੁੰਚ ਗਏ ਵਾਪਸ ਗੱਡੀ ਕੋਲ ਅਤੇ ਇੰਨਾ 1:30 ਵਜੇ ਸਾਨੂੰ ਪਹੁੰਚਾਉਣਾ ਲੇਕਿਨ 2:15 ਹੋ ਗਏ ਨੇ ਆਈਏ ਤਾਂ ਗੇਟ ਕੋਲ ਨਹੀਂ ਖੁੱਲਿਆ ਅਤੇ ਇਹਨਾਂ ਵੀ ਤਕਰੀਬਨ ਸਾਨੂੰ ਜਿਹੜਾ ਲੇਟ ਕਰ ਛੱਡੇ ਅੱਧਾ ਕੁ ਘੰਟਾ ਤਕਰੀਬਨ 45 ਮਿੰਟ ਕਰ ਲਓ ਹੁਣ ਅਸੀਂ ਗੱਡੀਆਂ ਕੋਲ ਬੈਠੇ ਹਾਂ ਸਾਰੇ ਗੱਡੀਆਂ ਬਹਿ ਗਏ ਅਤੇ ਜਿਹੜਾ ਹੁਣ ਗੇਟ ਖੁੱਲ੍ਹਣ ਦਾ ਇੰਤਜ਼ਾਰ ਕਰ ਰਿਹਾ ਜਿਹੜਾ ਸਾਹਮਣੇ ਅਤੇ ਅੱਲਾ ਹੈ ਨਹੀਂ ਕਰੇ ਯਾਰ ਵਾਰੀ ਹਰ ਕੰਮ ਸਾਡਾ ਲੇਟ ਹੀ ਹੋ ਰਿਹਾ ਅਤੇ ਦੇਖੋ ਇਸ ਟਾਈਮ 'ਤੇ ਅਸੀਂ ਪਹੁੰਚਣੇ ਹੋ ਨੈਵੀਗੇਸ਼ਨ ਜਾ ਕੇ ਬਾਹਰ ਲਾਉਂਦੇ ਅਤੇ ਬਾਹਰ ਦੇ ਲਾ ਦੇਵੇ ਇੰਨਾ ਉੱਥੇ ਕਿੰਨੀ ਕੋਈ ਟ੍ਰੈਫਿਕ ਲੱਗਦੀ ਸਾਨੂੰ ਅਤੇ ਜਿਹਨੇ ਭੈਣਾਂ ਭਰਾਵਾਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਜਲਦੀ ਚੈਨਲ ਸਬਸਕ੍ਰਾਈਬ ਕਰਕੇ ਅਤੇ ਪਹਿਲਾਂ ਕਿੰਨੇ ਦਬਾ ਦਿਓ ਤਾਂ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਇਨ ਸ਼ਾਅੱਲਾ ਮਿਲਣੇ ਤੁਹਾਨੂੰ ਬਾਹਰ ਨਿਕਲ ਕੇ ਪਤੀ ਕਿੱਧਰ ਜਾਣਾ ਹਾਂ ਜੀ ਸਰਕਾਰ 1:03 ਹੋ ਗਏ ਨੇ ਅਤੇ ਸਾਨੂੰ ਟਾਈਮ ਲੱਗ ਰਿਹਾ ਤਕਰੀਬਨ 10.5 ਘੰਟੇ ਅਤੇ ਹੁਣ ਅਸੀਂ ਅੱਲਾ ਹੈਰ ਹੈਰ ਕੀਤੀ ਅਤੇ ਰੋਡਾਂ ਉੱਪਰ ਗੱਡੀ ਪੜ੍ਹ ਰਹੇ ਹਾਂ ਅਤੇ ਇਨਸ਼ਾਅੱਲਾ ਬਾਕੀ ਅਪਡੇਟ ਜਿਹੜੀਆਂ ਤੁਹਾਨੂੰ ਨਾਲ ਨਾਲ ਦਿਆਂ ਲਓ ਜੀ ਅਸੀਂ ਪਹੁੰਚ ਗਏ ਹਾਂ ਫਰਾਂਸ ਦੇ ਪਹਿਲੇ ਟੂਲ 'ਤੇ ਇੱਥੇ ਵੇਖ ਰਹੇ ਹੁਣ ਕਿਹੜੀ ਸਾਡੀ ਛਿੱਲ ਲੰਘਦੇ ਨੇ ਅੱਗੇ ਵੀ ਸਾਡਾ ਭਰਾ ਕੋਈ ਯੂਕੇ ਵਾਲਾ ਹੀ ਆ ਲਓ ਜੀ ਮੈਂ ਕਰਨ ਲਿਆ ਚੇਂਜ ਮੈਨੂੰ ਥੋੜ੍ਹੀ ਜਾਈ ਅੰਦਰ ਮੈਂ ਕਿ ਥੋੜ੍ਹੀ ਯੱਕ ਲਾ ਲਓ ਫਿਰ ਇਹਨੂੰ ਆਖਿਆ ਤੂੰ ਚਲਾ ਅਤੇ ਅਸੀਂ ਫਰਾਂਸ ਦੇ ਆ ਰੋਡਾਂ 'ਤੇ ਜਿਹੜਾ ਉਹ ਵੱਜ ਰਿਹਾ ਇਸ ਟਾਈਮ ਅੱਧੀ ਰਾਤੀ ਚਲੋ ਰੀਲ ਸਾਹਿਬ ਹੁਣ ਸੰਭਾਲ ਰਹੇ ਹੁਣ ਮੋਰਚਾ ਰਣਵੀਰ ਸਾਹਿਬ ਪਿੱਛੇ ਚਿੱਲ ਆਊਟ ਕਰ ਰਹੇ Time is okay. Well,
ਵੈਲਕਮ ਬੈਕ ਜੀ ਵਿਊਅਰਸ। ਮੈਂ ਥੋੜਾ ਜਿਹਾ ਅੱਖ ਲਾਣ ਦੀ ਕੋਸ਼ਿਸ਼ ਕੀਤੀ ਲੇਕਿਨ ਲੱਗੀ ਨਹੀਂ, ਬਟ ਫਿਰ ਵੀ ਮੈਂ ਫ੍ਰੈਸ਼ ਹਾਂ। ਖਰਾਟੇ ਮਾਰਦਾ ਰਹੀ ਕਿੱਥੇ? ਖਰਾਟੇ ਮਾਰਦਾ ਰਹੀ, ਖਰਾਟੇ ਮਾਰਦਾ ਰਹੀ, ਖਰਾਟੇ ਇਹ ਲਾਸ਼ ਮਾਰਦੀ ਪਿੱਛੇ ਬਹਿ ਕੇ, ਇਹਦੀ ਆਵਾਜ਼ ਆਉਂਦੀ ਹੋਣੀ ਘਰੋਂ ਫਿਲਟਰ ਨਾ ਦਿੱਤੇ, ਲਾਸ਼ ਬਣ ਕੇ ਲੰਮਾ ਪਈ। ਅਤੇ ਸਾਹਿਬ ਬਈ ਸਟਿਲ ਡਰਾਈਵ ਕਰ ਰਹੇ ਨੇ ਅਤੇ ਇਹਦਾ ਤਕਰੀਬਨ ਆਖਰੀ ਘੰਟਾ ਚੱਲਦਾ ਪਿਆ। ਮੈਂ ਕਿਹਾ ਇਸ ਤੋਂ ਬਾਅਦ ਫਿਰ ਜਿਹੜਾ ਨਾ ਕੱਲ ਦੀ ਦਿਹਾੜੀ ਤਕਰੀਬਨ 2:30 ਵਜੇ ਨਿਕਲੇ ਆ, ਰਾਤ ਦੇ ਵੀ 2:30 ਹੋ ਗਏ ਗੁਜ਼ਰ ਗਏ ਤੇ ਸੁਬਹ ਦੇ 6 ਵਜ ਗਏ। ਕਿੰਨੇ ਘੰਟੇ ਹੋ ਗਏ? 12, 13, 14, 15 ਤਕਰੀਬਨ 15 ਘੰਟੇ ਹੋ ਗਏ ਨੇ, ਲੇਕਿਨ ਅਸੀਂ ਖੱਜਲ ਹੀ ਹੋ ਰਹੇ ਹਾਂ ਜੀ। ਅਜੇ ਤੱਕ ਇਟਲੀ ਨਹੀਂ ਆਇਆ ਅਤੇ ਸਾਨੂੰ ਮਰਵਾਇਆ ਫੈਰੀ ਨੇ, ਫੈਰੀ ਲੇਟ ਹੋ ਗਈ। ਫੈਰੀ ਪਹਿਲੇ ਤਾਂ M25 ਹੈ ਨਾ, M25 ਜਿਹੜਾ ਉਹ ਬੰਦ ਆ ਟੋਟਲੀ 2 ਘੰਟੇ ਉਹਨਾਂ ਦਾ ਆਇਆ ਕਿਤੇ, ਅਤੇ ਫਿਰ ਅੱਗੋਂ ਫੈਰੀ ਜਿਹੜੀ ਉਹ ਲੇਟ ਲੱਭੀ, ਤਕਰੀਬਨ 11 ਵਜੇ ਫੈਰੀ ਉਹਦੀ ਤੁਰੀ ਹੈ। ਅਤੇ ਉਸ ਤੋਂ ਬਾਅਦ ਫੈਰੀ ਵੀ ਸਮੁੰਦਰ ਦੇ ਵਿਚਕਾਰ ਲੈ ਕੇ ਉਹਨਾਂ ਖਰਵਾ ਲੈਣੀ, ਵਾਗੇ ਇੱਕ ਸ਼ਿਪ ਲੱਗੇ ਹੈ ਅਤੇ ਉਹ ਜਾਇਦਾ ਤਾਂ ਫਿਰ ਸਾਨੂੰ ਜਗ੍ਹਾ ਲੱਭੇ। ਉਹਨਾਂ ਵੀ ਤਕਰੀਬਨ 40-45 ਮਿੰਟ ਦਾ ਆਇਆ ਕਿਤੇ, ਟੋਟਲ ਤਕਰੀਬਨ 3 ਘੰਟੇ ਜਿਹੜਾ ਅਸੀਂ ਲੇਟ ਹੋਏ ਹਾਂ। ਅਤੇ ਹੁਣ ਤਕਰੀਬਨ 650 ਕਿਲੋਮੀਟਰ ਜਿਹੜਾ ਰਹਿੰਦਾ ਅਤੇ ਤਕਰੀਬਨ 6.5 ਘੰਟੇ ਰਹਿੰਦੇ ਨੇ, ਤਕਰੀਬਨ 6.5 ਘੰਟੇ ਵੀ ਸਾਡਾ ਪੂਰਾ ਕਿਲੋਮੀਟਰ ਜਿਹੜੇ ਨੇ ਹੋ ਜਾਣ ਨੇ। ਅਤੇ ਹੁਣ ਜਿਹੜਾ ਨਾ ਰੇਲ ਸਾਹਿਬ ਵੀ ਡਰਾਈਵ ਕਰ ਰਹੇ ਨੇ ਅਤੇ ਇਹਨਾਂ ਦਾ ਹਿਸਾਬ ਅਸੀਂ ਰੱਖਿਆ ਟਰੱਕਾਂ ਵਾਲਾ, 4.5 ਘੰਟੇ ਦੀ ਬਾਅਦ ਡਰਾਈਵਰ ਚੇਂਜ, ਅਤੇ ਇਹਦੇ 4.5 ਘੰਟੇ ਪੂਰੇ ਹੋਣ ਵਾਲੇ ਨੇ। ਉਸ ਤੋਂ ਬਾਅਦ ਫਿਰ ਮੈਂ ਆਪਣੀ ਡਰਾਈਵਿੰਗ ਸੀਟ 'ਤੇ ਵਾਪਸ ਵਿਰਾਜਮਾਨ ਹੋ ਜਾਂਦਾ ਅਤੇ ਸਾਡੀ ਨਵੀਨ ਸਾਹਿਬ ਜਿਹੜੇ ਨੇ ਉਹ ਸੁੱਤੇ ਨੇ, ਜੋ ਵੀ ਅਸੀਂ ਕੈਲੇ ਤੋਂ ਨਿਕਲੇ ਹਾਂ ਅਤੇ ਇਹ ਚਸ ਲੈ ਰਹੇ ਨੇ ਪਿੱਛੇ, ਚੌਕਾ ਥੱਕ ਚਲਾ ਕੇ, ਚੌਕਾ ਥੱਕ ਗਿਆ। ਅਤੇ ਰੋਡ ਅਸੀਂ ਜਿਹੜਾ ਅਸੀਂ ਯੂਜ਼ ਕਰ ਰਹੇ ਹਾਂ ਹੁਣ ਇਹ ਹੈ A5 2 ਵਾਲਾ ਰੋਡ ਹੈ ਅਤੇ ਕੈਲੇ ਤੋਂ ਨਿਕਲੇ ਤੁਸੀਂ ਪੜਿਆ ਤੱਕ ਜਿਹੜਾ ਰੋਡ ਉਹ A26 ਹੈ, A26 ਦੇ ਬਾਅਦ A5 ਹਾਂ ਸੋਰੀ, ਪਹਿਲਾਂ ਤੁਹਾਨੂੰ ਦੱਸਣਾ ਯਾਦ ਦਿੰਦੇ ਤੁਹਾਨੂੰ ਜਿਹੜੀ ਮੇਨ ਇਨਫੋਰਮੇਸ਼ਨ, ਪਹਿਲਾਂ ਅਸੀਂ ਟੂਲ ਯੂਜ਼ ਕੀਤਾ A26 ਦਾ ਕੈਲੇ ਤੋਂ ਲੈ ਕੇ ਇੱਥੋਂ ਤਾਈਂ, ਉਹਦਾ ਪਹਿਲਾਂ ਸਾਡਾ ਬਣਿਆ ਜੇ ਟੂਲ ਤਕਰੀਬਨ 30 ਪਾਉਂਡ ਹੈ ਨਾ, ਅਤੇ ਹੁਣ ਦੂਜਾ ਟੂਲ ਫੜੇ ਆ ਉਹਦਾ ਕਾਰਡ ਅਸੀਂ ਰੱਖਿਆ, ਹੁਣ ਦੇਖਦੇ ਉਹਦੇ ਕਿਤਨੇ ਪੈਸੇ ਬਣਦੇ ਨੇ। ਅਤੇ ਟੂਲਾਂ ਦੀ ਜਿਹੜੀ ਮੇਨ ਇਨਫੋਰਮੇਸ਼ਨ ਉਹ ਤੁਹਾਨੂੰ ਨਾਲੋਂ ਨਾਲ ਅਸੀਂ ਧਿਆਨ ਦੇਵਾਂ ਕਿਤਨਾ ਖਰਚਾ ਹੁੰਦਾ, ਅਤੇ ਤੇਲ ਅਸੀਂ ਤੋਂ ਭਰਾ ਕੇ ਨਿਕਲੇ ਇਹ 3 ਦਾਣੇ ਰਹਿ ਗਏ ਅਤੇ ਹੁਣ ਕਿਤੇ ਸਰਵਿਸ ਰੁਕਣੇ ਆ ਅਤੇ ਤੇਲ ਜਿਹੜਾ ਇਹਦਾ ਵਾਪਸ ਟੈਂਕ ਭਰਾਉਂਦੇ ਹਾਂ। ਲਓ ਜੀ ਅਸੀਂ ਪਹੁੰਚ ਗਏ ਸਰਵਿਸ 'ਤੇ, ਟਾਈਮ ਹੋ ਗਿਆ ਤਕਰੀਬਨ 7:10 ਅਤੇ ਅਸੀਂ ਅੱਗੇ ਡੀਜ਼ਲ ਫਿਲ ਕਰਾ ਲਈਏ ਕਿਉਂਕਿ ਅੱਗੂ ਜਿਹੜਾ ਉਹ ਸਫ਼ਰ ਲੰਬਾ ਹੈ ਥੋੜ੍ਹਾ ਜਿਹਾ ਅਤੇ ਸਾਡਾ ਦਿਲ ਨਹੀਂ ਰਾਜ ਖਲਾਉਣ 'ਤੇ, ਅਤੇ ਇੱਥੋਂ ਡੀਜ਼ਲ ਇਹਦਾ ਫਿਲ ਕਰਾ ਕੇ ਅਤੇ ਫਿਰ ਕੋ ਆਪੋ ਨਾਸ਼ਤਾ ਪਾਣੀ ਕਰਨੇ ਆ, ਨਾਲੇ ਗੱਡੀ ਥੋੜ੍ਹੀ ਜਿਹੀ ਰੈਸਟ ਦਿੰਦੇ ਹਾਂ ਅਤੇ ਫਿਰ ਇਨਸ਼ਾਅੱਲਾ ਕੰਟੀਨਿਊ ਕਰਨੇ ਆ ਸਫ਼ਰ। ਖਾਨ ਸਾਹਿਬ ਦੀ ਫੋਟੋ ਦਾ ਵੀ ਰੰਗ ਜਿਹੜਾ ਧੁੱਪ ਪੈ ਪੈ ਕੇ ਉੱਡ ਗਿਆ ਅਤੇ ਮੇਰਾ ਦਿਲ ਨਹੀਂ ਕੀਤਾ ਲਾਉਣ 'ਤੇ, ਆਰਡਰ ਦਿੱਤੇ ਹੈ ਦੂਜੀ ਫੋਟੋ ਜੀ ਕਾਲੇ ਰੰਗ ਵਿੱਚ, ਅਤੇ ਉਹਨਾਂ ਕਿਹਾ ਜਿੰਨਾ ਚਿਰ ਨਹੀਂ ਨਾ ਆਉਂਦੇ ਉਹਨਾਂ ਕਿਉਂਕਿ ਮੈਂ ਨਹੀਂ ਇਹਨੂੰ ਲੈਣਾ, ਮੇਰੇ ਦਿਲ ਨੂੰ ਹੱਥ ਪੈਂਦਾ ਕਿ ਮੈਂ ਲਾਵਾਂ ਤਾਂ ਇਹ ਸਾਹਿਬ ਤਾਂ ਬੜਾ ਦਿਲ ਆ ਵਾ ਗੱਡੀ ਜਿਹੜੀ ਉਹ ਬਗੈਰ ਸਟਿੱਕਰ ਦੀ ਖੜੀ ਹੈ, ਮੈਂ ਕਿਹਾ ਨਾ ਜੀ ਨਾ ਕੀ ਹੋਇਆ ਤੈਨੂੰ? ਆ ਜੀ ਵਿੰਡ ਸਕਰੀਨ ਦੀ ਸਫਾਈ ਹੋ ਰਹੀ ਹੈ, ਬੜੇ ਮੱਛਰ ਮਾਰੇ ਨੇ ਰਾਹ ਵਿੱਚ, ਹੈਡ ਸਾਊਥ ਵੈਸਟ ਇਹ ਚੈੱਕ ਕਰੋ ਮੱਛਰਾਂ ਦੀ ਹਾਲਤ, ਫਰੰਟ ਲਿਆਓ 10 ਰੁਪਏ ਦਿਓ ਨਾ ਸਕਰੀਨ ਸਾਫ ਕੀਤੀ ਤਾਂ, ਉਹ ਦਰਾ ਮੈਂ ਤੈਨੂੰ ਦਿਆਂ ਕੁਛ ਹੈ ਹੋਰ ਸਿਗਨਲ ਨੀ ਫੜ ਰਹੇ ਕੀ ਰੋਲ ਹੈ? ਥੱਕ ਗਏ ਸੁੱਤਾ ਵੀਰੇ ਸਾਰੇ ਦਾ ਥੱਕਿਆ ਦੁਕਾਨ ਨਾਲ। Two latte. Two latte, please. Latte, or latte,
Do this, yeah, latte, yeah, two, and what you want? Can you want hot chocolate? Yeah. Everything order. Main twist khasa. This one. Three of these, please. These one. Three of them. Yeah, can you do two of these? Yeah. And one this one, yeah. Croissant. Yeah, croissant. Croissant. Sir, what are you eating? Croissant with hot chocolate. Hot chocolate? Do you like it? Where are you? Chocolate color. How are you doing so far? I don't know. I'm going to go. Sir, what are you feeling about your journey? How are you feeling about your journey? I'm tired, man. Yeah, you've been driving for 5 hours, isn't it? And what are you having now? What are you having now? Mahana, yeah. Iki, did they call it? Hey, mood khab kar sun naam. No, jaisi kar rahe the breakfast, mada chenga je ho jabe lab rahe. The uske baad fir ek nikalne apne road wal. Takriban 5 ghante hai ne road rade. 500 ਕਿਲੋਮੀਟਰ ਰਹਿੰਦਾ ਤੇ ਅਸੀਂ ਜਨੀਵਾ ਵਾਲੇ ਰਸਤੇ ਜਾ ਰਹੇ ਹਾਂ ਪਤਾ ਨਹੀਂ ਮੈਂ ਸਹੀ ਪ੍ਰੋਨਾਂਸ ਕਰ ਰਿਹਾ ਕਿ ਗਲਤ ਤੇ ਨਾਸ਼ਤਾ ਪਾਣੀ ਕਰਕੇ ਤੇ ਫਿਰ ਇਨਸ਼ਾਅੱਲਾ ਅਸੀਂ ਬੈਕ ਔਨ ਰੂਟ ਹੋਵਾਂਗੇ ਮੈਨੇ ਤੋਂ ਨਾਸ਼ਤਾ ਕਰਨ ਦੀ ਬਾਤ ਲੋ ਜੀ ਅਸੀਂ ਨਾਸ਼ਤਾ ਮਾਸ਼ਤਾ ਕਰ ਲਏ ਨੇ ਤੇ 7:40 ਹੋ ਗਏ ਨੇ ਹੁਣ ਵਾਪਸ ਅਸੀਂ ਜਾ ਰਹੇ ਹਾਂ ਮੋਟਰ ਦੇ ਉੱਤੇ ਤੇ ਆਪਣੇ ਸਫ਼ਰ ਨੂੰ ਜਿੱਥੇ ਛੱਡਿਆ ਤੋਂ ਫਿਰ ਸ਼ੁਰੂ ਕਰੀਏ ਆਰ ਯੂ ਗਾਇਜ਼ ਰੈਡੀ ਉਹ ਭਾਈ ਸਾਹਿਬ ਪੜ ਲੋ ਜੀ ਰੀਲ ਸਾਹਿਬ ਲੈਣ ਹੀ ਲੱਗੇ ਰੀਲ ਸਾਹਿਬ ਨੇ ਸਰਵਿਸ ਯੂਜ ਕਰਨੀ ਹੈ ਤੇ ਇੱਥੇ ਲੈਣ 'ਚ ਲੱਗਣਾ ਪੈ ਰਿਹਾ ਤੇ ਇਹ ਸਰਵਿਸ ਇੱਥੇ ਹਾਲੀ ਟੋਇਲਟਾਂ ਬਣੀਆਂ ਨੇ ਕੋਈ ਛਾਪਾ ਛੁਪਾ ਨਹੀਂ ਹੈ ਜਾਂ ਟਰੱਕਾਂ ਦੀ ਪਾਰਕਿੰਗ ਵਗੈਰਾ ਬਣੀ ਹਾਂ ਜੀ ਦੋਸਤੋ 9:40 ਹੋ ਗਏ ਨੇ ਅਤੇ ਅਸੀਂ ਸਵਿਟਜ਼ਰਲੈਂਡ ਦੇ ਸ਼ਹਿਰ ਜਨੀਵਾ ਦੇ ਬਿਲਕੁਲ ਨੇੜੇ ਲੱਗੇ ਹਾਂ ਅਤੇ ਸਮਝੋ ਕਿ ਸਵਿਟਜ਼ਰਲੈਂਡ ਦੇ ਬਾਰਡਰ ਦੇ ਕੋਲ ਅਤੇ ਇਹ ਵੇਖ ਲਓ ਤੁਸੀਂ ਨਜ਼ਾਰੇ ਅਸੀਂ ਅਤੇ ਸਾਡੀ ਥਕਾਵਟ ਸਾਰੀ ਲੈ ਗਈ
ਮੈਂ 350 ਕਿਲੋਮੀਟਰ ਰਹਿ ਗਿਆ ਅਤੇ 1:30 ਨੇ ਸਾਨੂੰ ਗਲਾ ਰਾਤੇ ਸ਼ਹਿਰ ਪਹੁੰਚਾ ਰਿਹਾ ਅਤੇ ਸਾਡਾ ਸਫ਼ਰ ਜਿਹੜਾ ਉਹ ਬਿਹਤਰੀਨ ਜਾ ਰਿਹਾ ਜਿਹੜੇ ਖੂਬਸੂਰਤ ਨਜ਼ਾਰੇ ਅਸੀਂ ਵੇਖ ਰਹੇ ਹਾਂ ਉਹ ਇਨਸ਼ਾਅੱਲਾ ਤੁਹਾਨੂੰ ਵੀ ਮੈਂ ਜ਼ਰੂਰ ਵਿਖਾਵਾਂਗਾ ਅਤੇ ਚਲੋ ਵਲੌਗ ਇੰਜੋਏ ਕਰਦੇ ਚਲੋ ਜੇ ਚੈਨਲ ਲਈ ਤਾਂ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਜਲਦੀ ਚੈਨਲ ਸਬਸਕ੍ਰਾਈਬ ਲੋ ਜੀ ਅਸੀਂ ਪਹੁੰਚ ਗਏ ਆਪਣੇ ਅੱਜ ਦੇ ਦੂਜੇ ਟੂਲ ਪਲਾਜ਼ੇ ਤੇ ਪਤਾ ਹੀ ਨਾ ਇੱਥੇ ਵੇਖਨੇ ਆ ਸਾਡੇ ਕਿਤਨੇ ਪੈਸੇ ਬਣਦੇ ਨੇ ਹੁਣ ਪਹਿਲੇ ਵਾਲੇ ਤੇ ਅਸੀਂ ਦਿੱਤੇ ਤਕਰੀਬਨ 23 ਪਾਉਂਡ ਓਏ ਯਾਰਾ ਫੋਨ ਤੋਂ ਮਾਰ ਐ ਇੰਜ ਇੱਥੋਂ ਵੇਖਨੇ ਕਿਤਨੇ ਬਣਦੇ ਨੇ ਚਲੋ ਨਬੀਲ ਸਾਹਿਬ ਹਲ ਵੀ ਤੇ ਟੇਕਰ ਦੇਣਾ ਦੋਨਾ ਖੋਲਣਾ ਪੈਣਾ ਬਾਹਰ ਦੇ ਕਿਤਨੇ ਬਣਦੇ ਗੈਸ ਗੈਸ ਕਰੋ ਕਿਤਨੇ ਬਣਦੇ ਫੋਨ ਉੱਤੇ ਹੀ ਆ 100 ਪਾਉਂਡ ਹਰੇ ਲਫਲੀ ਆ ਥੱਲੇ ਹੀ ਉਹ ਪਰਲੀ ਸਾਈਡ ਤੇ ਪਾਣੀ ਹੋਰ ਆਪਣਾ ਪਾਣਾ ਲੈਟ ਵਾਲੇ ਤੇ ਯਾਰਾ 59 ਬਾਉਂਸ ਆਲਾ ਮਾਸ ਜਸਟ ਟੈਪ ਕਰਨਾ ਉੱਤੇ ਯਾਰ ਬਲੇ ਹੋ ਗਿਆ ਯਾਰ ਵੀ ਗਿਆ ਰਸਤਾ ਹੀ ਗਿਆ ਕੰਮ ਲੋ ਜੀ ਪਹਿਲੇ ਟੂਲ ਤੇ ਸਾਡੇ ਬਣੇ 23 ਪਾਉਂਡ ਤੇ ਇੱਥੇ ਕਿੰਨੇ 50 ਤਕਰੀਬਨ 100 ਪਾਉਂਡ ਇਸ ਕ੍ਰਾਸ ਹੋ ਗਿਆ ਫਰਾਂ 56 ਪਾਉਂਡ ਹੈ ਨਾ 59 ਪਾਉਂਡ 59 ਪਾਉਂਡ 30 ਪਾਉਂਡ ਤੇ ਠੀਕ ਹੀ ਹੈ ਪਤਾ ਨਹੀਂ ਕਿਤੇ ਟੂਲ ਤੇ ਫਿਲਹਾਲ ਲੱਗਦਾ ਹੈ ਤੇ ਹੁਣ ਅਸੀਂ ਜਿਹੜਾ ਉਹ ਸਵਿਸ ਵਿੱਚ ਦਾਖਲ ਹੋ ਗਏ ਤੇ ਵੇਖਦੇ ਹੁਣ ਇੱਥੋਂ ਕਿਹੜਾ ਟੂਲ ਵਾਲਾ ਸਾਨੂੰ ਪੈਂਦਾ ਤੇ ਵੀਰ ਅਪਡੇਟ ਜਿਹੜੀ ਤੁਹਾਨੂੰ ਜਾਰੀ ਰੱਖਾਂ ਲੋ ਜੀ ਇਹ ਆ ਗਿਆ ਸਰਕਾਰ ਸਾਡੇ ਜਰਨੀ ਦਾ ਤੀਸਰਾ ਟੂਲ ਸਪੈਨਿਸ਼ ਨੂੰ ਪਿਆਹੇ ਆਖਦੇ ਨੇ ਤੇ ਹੁਣ ਇਹ ਪਤਾ ਨਹੀਂ ਕਿਤੇ ਲੈਣ ਦੇ ਤਕਰੀਬਨ ਮੇਰੇ ਹਿਸਾਬ 150 ਬਣ ਜਾਣਾ ਸਪੇਨ ਆ ਰਿਹਾ ਕੌਣ ਨਹੀਂ ਆਪਣਾ ਨਹੀਂ ਤੇ ਤਕਰੀਬਨ 150 ਦੇ ਸਿਰੇ ਵਿੱਚ ਚੜ ਜਾਣਾ ਅਸੀਂ ਜਾਂਦੇ ਜਾਂਦੇ ਤੇ ਇਹ ਸਰਕਾਰ ਸਾਡਾ ਤੀਸਰਾ ਟੂਲ ਇਨ ਵੇ ਟੂ ਇਟਲੀ ਇਟਾਲੀ ਤੇ ਵੇਖਦੇ ਹਾਂ ਇਹਦੇ ਕਿਤਨੇ ਬਣਦੇ ਨੇ ਤੇ ਕਿਤਨਾ ਸਫ਼ਰ ਹੈ ਸਫ਼ਰ ਤੁਹਾਡਾ ਥੋੜ੍ਹਾ ਰਹਿ ਗਿਆ ਲੇਕਿਨ ਅੱਗੇ ਥੋੜ੍ਹਾ ਜਿਹਾ ਨਾ ਦੱਸਦਾ ਪਿਆ ਕਿਨੂੰ ਆਉਂਦੇ ਨੇ ਰਸ਼ ਦੱਸਦਾ ਪਿਆ ਟ੍ਰੈਫਿਕ ਦੱਸਦਾ ਪਿਆ ਤਕਰੀਬਨ 38 ਮਿੰਟ ਦੇ ਤੇ ਉਹਦੇ ਵਾਸਤੇ ਸਾਨੂੰ ਡਿਲੇ ਕਰਦਾ ਪਿਆ ਜੀ ਫਿਲਹਾਲ ਬਟ ਕੋਈ ਨਹੀਂ ਅਸੀਂ ਵੀ ਠੀਕ ਹਾਂ 2:30 ਤੋਂ ਨਿਕਲੇ ਹਾਂ ਕੱਲ੍ਹ ਦੇ ਤੇ ਇਹ ਮੈਂ ਜਾ ਕੇ 2:30 ਤੋਂ ਪਹਿਲਾਂ ਨਹੀਂ ਪਹੁੰਚਦੇ ਸੀ 24 ਘੰਟੇ ਪੂਰੇ ਲੱਗਣੇ ਤੇ ਤਾਂ ਅਸੀਂ ਜਿਹੜਾ ਉਹ ਆਪਣੇ ਮੰਜ਼ਿਲ ਮਕਸੂਦ ਤੱਕ ਪਹੁੰਚਣਾ ਕੀ ਹਾਲ ਨਬੀਲ ਸਾਹਿਬ ਜੀ ਗੱਲ ਜੀ ਥੱਕੇ ਹੋ ਪੈਸੇ ਪੂਰੇ ਹੋਏ ਨੇ ਥੱਕੇ ਵੀ ਆ ਪੈਸੇ ਪੂਰੇ ਹੋ ਗਏ ਥਕਾਵਟ ਪੂਰੀ ਹੋ ਗਈ ਸਾਡੀ ਲੱਥੀ ਕਿ ਪੂਰੀ ਹੋ ਗਈ ਲੱਥੀ ਹੈ ਤੇ ਪੂਰੀ ਥਕਾਵਟ ਹੋਰੀ ਪੂਰੇ ਹੋ ਗਏ ਹਾਂ ਆਪ ਨਾ ਪੂਰਾ ਹੋਵੇਂ ਤਰੀਵੀ ਸਾਹਿਬ ਭਾਈ ਗੱਡੀ ਮੰਨ ਰਹੇ ਨੇ ਅੱਜ ਕੱਲ੍ਹ ਗੱਡੀ ਦਾ ਕੰਟਰੋਲ ਜਿਹਨਾਂ ਕੋਲੇ ਮੈਂ ਦੇਖੋ ਘੰਟੇ ਤੋਂ ਚਲਾਈ ਹੋਣੀ ਇੱਥੇ ਵੜ ਕੇ ਸਪੇਨ ਫਰਾਂਸ ਵੱਲ ਕੀ ਕਿ ਮੈਂ ਨਾ ਜਾਂਦੀ ਨੀਂਦਰ ਹੋ ਇਹ ਬਗੈਰ ਪਰਚੀ ਦੇ 2:20 ਸੈਂਟੀਆਂ ਬਣ ਗਈਆਂ
ਮੁਸਲਮਾਨ ਕਿੰਨੇ ਨੇ 470 ਲੋ ਜੀ ਇੱਥੇ ਤੀਜੇ ਤੇ ਲੱਗੇ ਸਾਡੇ 470 4 ਯੂਰੋ ਤੇ 70 ਸੈਂਟੀਆਂ Continue for 35 kilometers. ਕਿੰਨੇ ਪੈਸੇ ਲੱਗਦੇ ਨੇ ਕਿਤਾ ਰਸ਼ ਰਸ਼ ਨੂੰ ਬਹੁਤ ਜ਼ਿਆਦਾ ਦੱਸ ਰਹੇ ਇੱਕ ਘੰਟਾ ਡਿਲੇ ਆ ਤੇ ਪਤਾ ਨਹੀਂ ਕੀ ਬਣਦਾ ਕਿਲੋਮੀਟਰ ਤਕਰੀਬਨ 260 ਰਹਿ ਗਿਆ ਲੇਕਿਨ ਡਿਲੇ ਜਿਹੜਾ ਉਹ ਬਹੁਤ ਜ਼ਿਆਦਾ ਦੱਸ ਰਿਹਾ ਪਰ ਰਾਹ ਬੰਦ ਉਹ ਜੀ ਸਰਕਾਰ ਬੜੀਆਂ ਜਗ੍ਹਾ ਤੱਕਣਿਆ ਪਏ ਨਾਲੋ ਨਾਲ ਕੋਈ ਅਲਫਾਜ਼ ਨਹੀਂ ਬਹੁਤ ਹੀ ਖੂਬਸੂਰਤ ਹੈ ਜਿਹਦੇ ਨਾਲ ਸੁਣੇ ਆ ਕੇ ਜੰਨਤ ਹੈ ਪੂਰੀ ਅਤੇ ਇਨਸ਼ਾਅੱਲਾ ਜਿਹੜਾ ਅਸੀਂ ਮਜ਼ੀਦ ਇਹਨੂੰ ਵਿਜ਼ਿਟ ਕਰਨ ਦੇ ਫਿਲਹਾਲ ਤਾਂ ਅਸੀਂ ਲੰਘਣੇ ਆ ਪਏ ਸਿਰਫ ਸਵਿਜ਼ਰਲੈਂਡ ਵਿੱਚੋਂ ਇਟਲੀ ਜਾਂਦੇ ਆ ਪਏ ਲੇਕਿਨ ਇਟਲੀ ਵੀ ਫਿਰਨਾ ਅਤੇ ਸਵਿਜ਼ਰਲੈਂਡ ਵੀ ਫਿਰਨਾ ਅਤੇ ਫਿਰ ਜੇ ਕੋਈ ਬਚਿਆ ਟਾਈਮ ਤਾਂ ਸਪੇਨ ਦਾ ਅਸੀਂ ਕੱਢਾਂਗੇ ਇਨਸ਼ਾਅੱਲਾ ਲੇਕਿਨ ਫਿਲਹਾਲ ਜਿਹੜਾ ਗੁਜ਼ਰ ਕੇ ਜਾ ਰਹੇ ਹਾਂ ਨਜ਼ਾਰੇ ਤੱਕ ਰਹੇ ਹਾਂ ਖੂਬਸੂਰਤ ਮਨਾਜ਼ਰ ਇਹ ਬਹੁਤ ਹੀ ਸਾਨੂੰ ਜਿਹੜਾ ਨਾ ਸਾਡੀ ਥਕਾਵਟ ਨੇ ਲਾ ਸਕਦਾ ਮੈਂ ਵੀਡੀਓ ਸ਼ੂਟ ਕਰ ਕਰਕੇ ਨਾ ਥੱਕ ਗਿਆ ਸਹੀ ਗੱਲ ਲੇਕਿਨ ਖੁਸ਼ੀ ਦਾ ਮੁੱਕ ਨਹੀਂ ਰਹੀਆਂ ਹਰ ਇੱਕ ਨਜ਼ਾਰਾ ਜਿਹੜਾ ਉਹ ਪਹਿਲੇ ਵਾਲੇ ਦੀ ਜ਼ਿਆਦਾ ਦਿਲ ਫਰੇਬ ਹੁੰਦਾ ਅਤੇ ਕੋਈ ਨਹੀਂ ਇਨਸ਼ਾਅੱਲਾ ਫਿਰ ਡਰਾਉਣ ਦੇ ਤੁਹਾਨੂੰ ਪ੍ਰੋਪਰ ਇੱਦਾਂ ਨਾ ਸੈਰ ਕਰਾਵਾਂਗੇ ਸਵਿਜ਼ਰਲੈਂਡ ਦੀ ਨਾਲੇ ਖੁਦ ਕਰਾਂਗੇ ਹੁਣ ਦੁਆ ਕਰੋ ਕਿ ਅਸੀਂ ਟਾਈਮ ਸਿਰ ਪਹੁੰਚ ਜਾਈਏ ਆਪਣੀ ਮੰਜ਼ਿਲ 'ਤੇ ਰਸ਼ ਬਹੁਤ ਦੱਸਦਾ ਪਿਆ ਰਾਹ ਵਿੱਚ ਅਤੇ ਲੱਗੇ ਹਾਂ ਹੌਲੀ ਹੌਲੀ ਜਾਂਦੇ ਹਾਂ ਵੀ ਵੇਖਦੇ ਹਾਂ ਕੀ ਬਣਦਾ ਕਰੋ ਤੇ ਨਿਕਲ ਜਾਣਾ ਵੇਖਣ ਅੰਦਰ ਘੰਟਾ ਰਸ਼ ਲੱਗਦਾ ਜਾਂ ਦੋ ਲੱਗਦਾ ਹਾਂ ਜੀ ਸਰਕਾਰ ਇਹ ਹੈ ਜੀ ਟ੍ਰੈਫਿਕ ਜਿੱਥੇ ਅਸੀਂ ਜਾ ਕੇ ਫਸੇ ਹਾਂ ਘੰਟਾ ਜਿਹੜਾ ਉਹ ਵੇਟ ਦੱਸਦਾ ਪਿਆ ਅਤੇ ਇਹਦੇ ਅੱਗੇ ਇੱਕ ਟਨਲ ਹੈ ਅਤੇ ਉਹ ਅਸੀਂ ਦਾ ਰਿਵਿਊ ਚੈੱਕ ਕੀਤਾ ਅਤੇ ਉਹ ਆਖਦੇ ਨੇ ਕਿ ਤਕਰੀਬਨ ਤੁਹਾਨੂੰ 2-2.5 ਘੰਟੇ ਲੱਗਦੇ ਨੇ ਟਨਲ ਨੂੰ ਕ੍ਰਾਸ ਕਰਨ ਵਾਸਤੇ ਉਹਦੇ ਵਾਸਤੇ ਉਹਦਾ ਵੇਟ ਕਰਨਾ ਪੈਂਦਾ 2-2.5 ਘੰਟੇ ਅਤੇ ਇਹ ਹੁਣ ਐਕਸਪੀਰੀਅੰਸ ਕਰਨਾ ਆ ਕਿ ਇਹ ਹਿਸਾਬ ਕਿਤਾਬ ਨੈਕਸਟ ਟਾਈਮ 'ਤੇ ਇਸ ਰੂਟ 'ਤੇ ਫਿਰ ਅਸੀਂ ਨਹੀਂ ਆਵਣ ਲਏ ਕਿਉਂਕਿ ਬਹੁਤ ਜ਼ਿਆਦਾ ਰਸ਼ ਦੱਸ ਰਹੇ ਤੇ ਅੱਗੇ ਤਾਂ ਲੈਣਾ ਲੱਗੀਆਂ ਨੇ ਸਾਰੀਆਂ ਇਹ ਟਨਲ ਵਾਸਤੇ ਟਨਲ ਕ੍ਰੋਸ ਕਰਨੀ ਹੈ ਅਸੀਂ ਆਈ ਡੋਂਟ ਨੋ ਕਿਸ ਟਾਈਪ ਦੀ ਟਨਲ ਹੈ ਟੂਲ ਵਾਲੀ ਹੈ ਜਾਂ ਕੋਈ ਚੈਕਿੰਗ ਚੱਲਦੀ ਹੈ ਵੀ ਅੱਗੇ ਕੀ ਪਤਾ ਹੁਣ ਇਹ ਤਾਂ ਅੱਗੇ ਜਾ ਕੇ ਪਤਾ ਲੱਗਿਆ ਅਤੇ ਚਲੋ ਨਾਲ ਨਾਲ ਤੁਹਾਨੂੰ ਵਿਖਾਉਂਦੇ ਹਾਂ ਇਹ ਜਨਾਬ ਟੂਨਲ ਦੇ ਬਸ ਨੇੜੇ ਲੱਗੇ ਆ ਅਤੇ ਇਹ ਦੱਸਦੇ ਨੇ ਵੀ 1 ਕਿਲੋਮੀਟਰ ਤੁਸੀਂ 30 ਮਿੰਟਾਂ ਵਿੱਚ ਤੈਅ ਕਰਨਾ
ਟਨਲ ਕ੍ਰਾਸ ਕਰਕੇ ਅਸੀਂ ਇਟਲੀ ਪਹੁੰਚ ਗਏ ਤੇ ਟਾਈਮ ਹੋ ਗਿਆ 12:44 ਉਹ ਸਾਰੇ ਟਨਲ ਜਿਹਦੇ ਅਸੀਂ ਤਕਰੀਬਨ 53-54 ਪਾਉਂਡ ਦਿੱਤੇ ਨੇ ਅਤੇ ਨਾਲੇ 3 ਘੰਟੇ ਅਸੀਂ ਲੈਣ 'ਚ ਲਾ ਕੇ ਵੇਟ ਕੀਤਾ ਅਤੇ ਹੁਣ ਇਸ ਟਾਈਮ ਅਸੀਂ ਇਟਲੀ ਵਿੱਚ ਪਹੁੰਚ ਗਿਆ ਅਤੇ ਕਲਾਰਾ 'ਤੇ ਤਕਰੀਬਨ ਇੱਥੋਂ 2:20 ਦੱਸ ਰਿਹਾ ਅਤੇ ਉਮੀਦ ਹੈ ਕਿ ਅਸੀਂ ਇਨਸ਼ਾਅੱਲਾ ਖੈਰ ਜਿੱਦਾਂ ਪਹੁੰਚ ਜਾਂਦੇ ਹੁਣ ਕੋਈ ਰਸ਼ ਫੇਸ ਨਹੀਂ ਕਰਨ ਵਾਲੇ ਟ੍ਰੈਫਿਕ ਫੇਸ ਨਹੀਂ ਕਰਨ ਵਾਲੇ ਅਤੇ ਚਲੋ ਮਿਲ ਲਿਆ ਤੁਹਾਨੂੰ ਆਪਣੇ ਕਲਾਰਾ 'ਤੇ ਸ਼ਹਿਰ ਆਪਣੀ ਮੰਜ਼ਿਲ 'ਤੇ ਪਹੁੰਚ ਗਏ। ਲਓ ਜੀ ਅਸੀਂ ਪਹੁੰਚੇ ਹਾਂ ਸੈਂਟਰਲ ਕਮਰਸ਼ੀਅਲ ਅਤੇ ਇੱਥੇ ਜਾ ਕੇ ਆਪਣਾ ਫੇਸ ਫੂਸ ਫਰੈਸ਼ ਕਰਨ ਦੇ ਆਪਣੇ ਆਪ ਨੂੰ ਫਰੈਸ਼ ਕਰਨੇ ਅਤੇ ਨਾਲੇ ਕੋਈ ਡਰਿੰਕ ਡਰੁੰਕ ਲੈ ਲਈਏ ਅਤੇ ਫਿਰ ਇਨਸ਼ਾਅੱਲਾ ਆਪਣਾ ਜਿਹੜਾ ਬਾਕੀਆ ਰੂਟ ਹੈ ਤਕਰੀਬਨ 1.5 ਘੰਟਾ ਰਹਿ ਗਿਆ ਸਾਡਾ ਅਤੇ ਫਿਰ ਜਿਹੜਾ ਅਸੀਂ ਕਲਾਰਾ 'ਤੇ ਸ਼ਹਿਰ ਪਹੁੰਚ ਜਾਂਦੇ ਅਤੇ ਬਸ ਤੁਸੀਂ ਵਿਊ ਚੈੱਕ ਕਰੋ ਮਾਸ਼ਾਅੱਲਾ ਬਹੁਤ ਹੀ ਸੋਹਣਾ ਸ਼ਹਿਰ ਹੈ ਜੀ ਅਤੇ ਗਰਮੀ ਇਤਨੀ ਕਿ ਇੱਥੇ ਵੀ ਚਿਕਣਾ ਅਸੀਂ ਦੁਬਈ ਆ ਗਏ ਹਾਂ ਤਕਰੀਬਨ 40-45 ਕੀ ਹਾਲ ਜੀ ਸਾਹਿਬ ਬੇਲਾ ਚੌ ਨੂੰ ਕੀ ਹੋ ਗਿਆ ਮੁੱਢ ਮਾਰਿਆ ਨੇ ਥੋੜਾ ਜਿਹਾ ਟਾਈਮ ਲਾਣਾ ਹੁੰਦਾ ਉਹ ਸੈੱਟ ਹੋ ਜਾਂਦਾ ਹੋਰ ਠੀਕ ਠਾਕ ਤੂੰ ਸੁਣਾ ਗਰਮੀ ਆਈ ਅਸੀਂ ਦੁਬਈ ਆ ਗਏ ਮੈਂ ਤੇ ਹੱਥ ਬਾਹਰ ਮਾੜਾ ਜਿਹਾ ਕੱਢਿਆ ਮੈਂ ਏਸੀ ਤੋਂ ਉੱਪਰ ਆ ਕੱਢਾ ਵੇਖਾਂ ਕੀ ਬਣਦਾ ਠੰਡ ਥੋੜੀ ਜਿਹੀ ਇਹ ਨੇ ਸਰਕਾਰ ਸਾਡੇ ਜ਼ਿੱਗੀ ਨਿਸ਼ਾਨ ਸਾਹਿਬ ਤੇ ਇਹਨਾਂ ਕੋਲ ਅਸੀਂ ਆਏ ਹਾਂ ਤੇ ਦੂਜਾ ਜਿਹੜਾ ਫੁਲਤਰੂਏ ਦਾ ਫੋਨ ਜਾਂਦਾ ਪਿਆ ਉਹਨੂੰ ਤੁਹਾਨੂੰ ਠਹਿਰ ਕੇ ਮਿਲਾਉਂਦੇ ਹਾਂ ਇਹਨੇ ਜਨਾਬ ਸਾਡੇ ਦੂਜੀ ਆਈਟਮ ਤਈਬ ਸਾਹਿਬ ਇਹਨੂੰ ਅਸੀਂ ਟੈਬ ਆਖਦੇ ਹਾਂ ਤੇ ਬਾਕੀ ਮਜ਼ੀਦ ਤਾਰਫ ਜਿਹੜਾ ਤੁਹਾਨੂੰ ਅਗਲੇ ਵਲੌਗ ਵੀ ਕਰਾਵਾਂਗੇ ਹੁਣ ਥੱਕੇ ਹਾਂ ਕੀ ਹਾਲ ਹੈ ਜੀ ਸਲਾਮ ਕਰ ਦਿਓ ਬਾਕੀ ਤੁਹਾਡਾ ਜੌਬ ਕੱਲ੍ਹ ਲੱਭੇ ਦਾ ਤੇ ਚਲੋ ਚੱਲੀਏ ਹੁਣ ਆ ਜਾਓ ਚਲੋ ਤੇ ਅਸੀਂ ਖੈਰ ਇਹਨਾਂ ਪਹੁੰਚ ਗਏ ਕਲਾਰਾ 'ਤੇ ਉਹ ਸਹੀ ਮੈਂ ਆਖਦਾ ਕਲਾਰਾ 'ਤੇ ਹਾਂ ਤੇ ਇੱਥੇ ਅਸੀਂ ਪਹੁੰਚ ਗਏ ਟਾਈਮ ਹੋ ਗਿਆ ਤਕਰੀਬਨ 3:35 ਤੇ ਇਨਸ਼ਾਅੱਲਾ ਹੁਣ ਚੱਲਾਂਗੇ ਘਰ ਤੇ ਉਮੀਦ ਕਰਨਾ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੈ ਮੇਰੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਸਬਸਕ੍ਰਾਈਬ ਕਰ ਛੱਡੀਓ ਅਤੇ ਇਨਸ਼ਾਅੱਲਾ ਮਿਲਣਾ ਨਵੀਂ ਵੀਡੀਓ ਵਿੱਚ ਕਿਉਂਕਿ ਅੱਜ ਥੱਕ ਗਏ ਬੜੇ ਡਾਢੇ ਰੋਟੀ ਰੋਟੀ ਖਾ ਕੇ ਕਰਾਂਦੇ ਆਰਾਮ ਅਤੇ ਅਗਲੇ ਵਲੌਗ ਵਿੱਚ ਜਿਹੜਾ ਤੁਹਾਨੂੰ ਸਾਰਿਆਂ ਨਾਲ ਤਾਰਫ ਕਰਾਵਾਂਗੇ ਕਿਹਦੇ ਕੋਲ ਅਸੀਂ ਆਏ ਹਾਂ ਇੱਥੇ ਕੀ ਕਰਨਾ ਕਿਸ ਕਰਨਾ ਟੁਰਨਾ ਉਹ ਅਗਲੀ ਵੀਡੀਓ ਤਦ ਤੱਕ ਅੱਲਾ ਹਾਫਿਜ਼ ਜੀ 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 ਜੰਬਰੇ ਵਾਲੇ ਨੂੰ ਦੋ ਗੱਡੀਆਂ ਜਿਹੜੀਆਂ ਨੇ ਲੱਗੇ ਜਾ ਰਹੀਆਂ ਅੱਗੇ ਤਈਬ ਸਾਹਿਬ ਤੇ ਨਿਸ਼ਾਨ ਸਾਹਿਬ ਗੱਡੀਆਂ ਲੈ ਕੇ ਜਾ ਰਹੀ ਨੇ ਉਹਨੂੰ ਅੱਗੇ ਅੱਗੇ ਹੱਥ ਵੀ ਕੀ ਨੇ ਨਹੀਂ ਚਾਹੁੰਦੀ ਪ੍ਰੋਟੋਕੋਲ ਪੂਰਾ ਦਿੱਤਾ ਕਿ ਪਿਛਰੀ ਹੈ ਚੈੱਕ ਕਰ ਜਾਣਦੇ ਨੇ ਚੌਧਰੀ ਚੌਧਰੀ ਜਾਣਦੇ ਕਿੱਥੇ ਲਾਣੀ ਹੈ ਪਤਾ ਸਾਨੂੰ ਕਹਿੰਦੇ ਪਿੱਛੇ ਲੈ ਆਵੋ